की सरकार रूम गहने रख के बनवा लिया अपना रुजगार लभ लिया तो हटते रुजगार खोया जा रहा है। उल्टा सरकार कह रही है कि शाम तक जो बंद ना हो तो परचे हो गए तो असी तो चाहते हैं कि भी सानू साढ़े परची हो जाने जी ए तो चंगा तो परचा हो जाए। अपने परिवार को पालना ही इन्होंने सब धंधे बंद किए आ सारे वेखो कैमरा घुमा गए तुम कि वा ये जनता की अपील आ हाथ जोड़ के बेनती है कि इदा नहीं होना चाहिए। पंजाब की मौजूदा सरकार वालों वधीक DGP पुलिस वालों सख्त आदेश जारी किए गए हैं कि मोटरसाइकलों दी बनाईयां जगाड़ू रेहड़ियां तुरंत बंद कीतियां जाण अते पंजाब दे समूह जिलों के SSP नूं स्पैशल लिखती पत्र जारी करके हुक्म भी दिए गए हैं कि इन्हां खिलाफ़ कार्रवाई की जाए। हुक्मां 'च कहा गया है कि मोटरसाइकलों दी जगाड़ू रेहड़ियां बना के लोगों वालों सवारियों दी ढोआ ढोआई की जाती है जिस करके ये रेहड़ियां लोगों की जान लई खतरा बन रही हैं। जगाड़ू रेहड़ियां दी वरतों सीमेंट बजरी इट्टां रेता ते सरिया के नाल नाल होर कई तरह का समान ढोने भी की जाती है। भारी समान लदियां ये रेहड़ियां हादसों का कारण भी बन रही सन। इस दे तहत ही पंजाब की मौजूदा सरकार ने कार्रवाई के हुक्म दिए हैं। पंजाब सरकार वालों इन आए हुक्मों तो बाद ही लगातार पुलिस वालों हुण कई थावां ते चलान किए जाने खबर भी सामने आने लगियां हैं जिस तों बाद पंजाब के वख-वख हिस्सों च ये रेहड़ी चालकों वालों प्रदर्शन भी किए जा रहे हैं। पंजाब सरकार कोलों मंग की गई है कि अपना फैसला वापस लिया जाए। कई पीड़ित रेहड़ी मालकों ने कहा है कि असी तो खुद आम आदमी पार्टी नूं सरकार च होंच लिया सी पर सानू नहीं सी पता कि सरकार साडा ही रुजगार खोवेगी। तस्वीर तरन तरन ते बरनाला दियां हन जिथे कि मोटरसाइकिल दे जगाड़ू रेहड़ियां चला के अपना घर का गुजारा करने वाले लोगों ने पंजाब सरकार नूं ये फैसला वापस लैण दी अपील भी की है अते अपनी भड़ास भी कढ़ी है। ਸਾਡੀ ਸਰਕਾਰ ਵੱਲੋਂ ਬੇਨਤੀ ਹੈ ਕਿ ਜਿਹੜੀ ਇਹ ਇਹਨਾਂ ਨੇ ਸਰਕਾਰ ਨੇ ਮਹਿੰਮ ਚਲਾਤੀ ਆ ਕਿ ਰੇਹੜੀਆਂ ਬੰਦ ਕਰ ਦਿਓ। ਰੇਹੜੀਆਂ ਬੰਦ ਤਾਂ ਕਰ ਦਿਓ ਮਤਲਬ ਇਹਨਾਂ ਨੂੰ ਰੁਜ਼ਗਾਰ ਵੀ ਕੋਈ ਦੇ ਦਿਓ ਜੀ। ਇਹਨਾਂ ਬਾਰੇ ਵੀ ਕੁਛ ਸੋਚ ਲਓ। ਕਿਸੇ ਨੇ 20,000 ਰੁਪਈਆ ਲੈ ਕੇ ਕਰਜ਼ਾ ਰੇਹੜੀ ਬਣਾਈ ਆ, ਕਿਸੇ ਨੇ 10,000 ਰੁਪਈਆ ਲੈ ਕੇ ਰੇਹੜੀ ਕਰਜ਼ਾ ਬਣਾਈ ਆ, ਇਹ ਕਿੱਧਰ ਜਾਣਗੇ? ਇਹ ਬੇਰੁਜ਼ਗਾਰ ਹੋ ਗਏ ਤੇ ਦੁਨੀਆ ਕੀ ਕਰੂਗੀ? ਚੋਰੀ ਵਧੂਗੀ, ਡਾਕੇ ਚੱਲਣਗੇ, ਹਾਥਾ ਖੋਈ ਹੋਊਗੀ। ਇਹ ਇਸ ਤਰ੍ਹਾਂ ਕੌਮ ਰੁਕਣ ਵਾਲੀ ਨਹੀਂ ਜੇ। ਇਹ ਕੁਛ ਸੋਚੋ, ਕੁਛ ਇਹਨਾਂ ਦਾ ਕਰ ਲਓ, ਇਸ ਤਰ੍ਹਾਂ ਨਾ ਕਰੋ। ਅਸੀਂ ਸੜਕਾਂ 'ਤੇ ਉਤਰਾਂਗੇ, ਆਪਣੇ ਬੱਚੇ ਸਮੇਤ ਅਸੀਂ ਰੇਹੜੀਆਂ ਦੇ ਵਿੱਚ ਵਹਾ ਕੇ ਅਸੀਂ ਮਰਨ ਵਰਤ 'ਤੇ ਬਹਿ ਜਾਂਗੇ। ਸਾਨੂੰ ਕੋਈ ਨਹੀਂ ਹੈਗਾ, ਕਿਉਂਕਿ ਅਸੀਂ ਹੁਣ ਮਜਬੂਰ ਹੋ ਜਾਵਾਂਗੇ। ਫਿਰ ਅਸੀਂ 10-10 ਮੈਂਬਰ, ਕੁਛ ਦੇ 5 ਮੈਂਬਰ ਬੱਚੇ ਪਾਲਣ ਰਹੇ ਹਾਂ, ਅਸੀਂ ਇਸੇ ਤੋਂ ਹੀ ਰੋਟੀ ਖਾਂਦੇ ਹਾਂ, ਅਸੀਂ ਕਿੱਧਰ ਜਾਵਾਂਗੇ? ਸਾਨੂੰ ਕੋਈ ਉਹਦਾ ਮਸਲਾ ਹੱਲ ਕਰਾ ਦਿਓ ਸਰਕਾਰ ਗੜੀ। ਅਸੀਂ ਬੇਨਤੀ ਆ, ਪੁਲਿਸ ਮੁਲਾਜ਼ਮਾਂ ਨੇ ਤਾਂ ਆਪਣਾ ਕੰਮ ਕਰਨਾ, ਕਿ ਉਹਨਾਂ ਨੂੰ ਨਿਰਦੇਸ਼ ਦੇ ਦਿੱਤੇ ਆ, ਉਹਨਾਂ ਦਾ ਕੋਈ ਕਸੂਰ ਨਹੀਂ ਗਾ, ਉਹਨਾਂ ਨੇ ਆਪਣਾ ਕੰਮ ਕਰਨਾ। ਇਹ ਸਰਕਾਰਾਂ ਕਰਵਾਉਣ ਡੀਆਂ ਜੋ ਕਰਵਾਉਣ ਡੀਆਂ। ਸਾਨੂੰ ਤਾਂ ਬਹੁਤ ਉਮੀਦਾਂ ਸੀ ਕਿ ਅਸੀਂ ਆਪਣਾ ਖੁਸ਼ਹਾਲ ਜੀਵਾਂਗੇ, ਲੇਕਿਨ ਖੁਸ਼ਹਾਲੀ ਦੇ ਥਾਂ ਸਾਡੀ ਅਤੇ ਰਵਾਲੀ ਹੋ ਗਈ ਜੋ। ਅਸੀਂ ਤਾਂ ਹੁਣ ਰੋਣ 'ਤੇ ਮਜਬੂਰ ਹੋ ਗਏ ਹਾਂ। ਇਸ ਤਰ੍ਹਾਂ ਸਾਡਾ ਅੱਜ ਸਾਡੀ 200-400 ਰੁਪਈਆ ਦਿਹਾੜੀ ਅਸੀਂ ਹਰ ਬੰਦੇ ਨੇ ਕਮਾਉਣੀ ਸੀ, ਹਰ ਰੇਹੜੀ ਵਾਲੇ ਨੇ ਆਪਣੇ ਪਰਿਵਾਰ ਨੂੰ ਪਾਲਣਾ ਸੀ। ਇਹਨਾਂ ਨੇ ਸਭ ਧੰਦੇ ਬੰਦ ਕੀਤੇ ਆ, ਸਾਰੇ ਵੇਖੋ ਕੈਮਰਾ ਘੁਮਾਉਣਗੇ ਤੁਸੀਂ ਕਿ ਕਿੱਦਾਂ ਵਾ। ਇਹ ਜਨਤਾ ਦੀ ਅਪੀਲ ਆ, ਹੱਥ ਜੋੜ ਕੇ ਬੇਨਤੀ ਆ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਪੁਲਿਸ ਵਾਲੇ ਤੰਗ ਕਰਦੇ ਜੀ, ਕਹਿੰਦੇ ਜੀ ਨਹੀਂ ਇਹ ਆਪਣੇ ਚੱਲਣੀਆਂ ਜੀ, ਸੜਕ 'ਤੇ ਨਹੀਂ ਚੜ੍ਹਨਾ, ਤੁਸੀਂ ਬਸ ਆਪਣੇ ਰੇਹੜੀ ਲਾਓ, ਘਰੇ ਦੇ ਬਹੁ ਜੀ। ਜੇ ਸਾਡਾ ਰੁਜ਼ਗਾਰ ਖੋਲਿਆ ਗਿਆ ਜੀ, ਫਿਰ ਤਾਂ ਚੋਰੀਆਂ ਵਧਣਗੀਆਂ, ਨਸ਼ੇ ਵਿੱਚ ਵੱਲ ਧਿਆਨ ਕਰਾਂਗੇ। ਅਸੀਂ ਮਿਹਨਤ ਕਰਦੇ ਹਾਂ ਜੀ। ਭਗਤ ਮਾਨ ਗਾਈ ਹੱਥ ਜੋੜ ਕੇ ਬੇਨਤੀ ਆ ਵੀ ਇਹ ਕੰਮ ਨਾ ਕਰੋ, ਗਰੀਬਾਂ ਨੂੰ ਰੋਟੀ ਖਾਣ ਦਿਓ, ਸਾਨੂੰ ਬੱਚੇ ਪਾਲਣ ਦਿਓ। ਤੁਸੀਂ ਤਾਂ ਕਹਿੰਦੇ ਹੋ ਵੀ ਇੱਥੇ ਅੰਗਰੇਜ਼ ਕੰਮ ਕਰਨਗੇ, ਅਤੇ ਮੇਰੇ ਹਿਸਾਬ ਨਾਲ ਤੁਸੀਂ ਪੰਜਾਬ ਹੀ ਆਪਣਿਆਂ ਨੂੰ ਲੱਗ ਪਏ, ਜੇ ਪਹਿਲਾਂ ਖਾਣ ਤਾਂ ਫਿਰ ਕਿੱਥੋਂ ਕੰਮ ਚੱਲੂਗਾ ਜੀ? ਬਸ ਜਿਹੜੇ ਦੱਸਾਂ ਦਾ ਹੁੰਦੇ ਕਿਤੋਂ ਕਮਾਈ ਕਰਦੇ ਆ, ਅਤੇ ਇਹਨਾਂ ਨੇ ਆਪਣਾ ਮਾੜਾ ਮੋੜ ਰੋਟੀ ਪਾਣੀ ਦਾ ਮਸਲਾ ਹੱਲ ਕੀਤਾ। ਸਰਕਾਰ ਕਹਿੰਦੀ ਆ ਕਿ ਇਹਨਾਂ ਨਾਲ ਹਾਦਸੇ ਵਾਪਰਦੇ ਆ, ਇਹਨਾਂ ਕਰਕੇ ਨਹੀਂ ਹਾਦਸੇ ਵਾਪਰਦੇ, ਕਿਉਂਕਿ ਜਿਹੜੀਆਂ ਇੰਨੀਆਂ ਸਪੀਡ 'ਤੇ ਗੱਡੀਆਂ ਚੱਲਦੀਆਂ ਹਾਦਸੇ ਦਾ ਕਾਰਨ ਉਹ ਬਣਦੇ ਆ। ਇਹਨਾਂ ਵਿਚਾਰਿਆਂ ਗਰੀਬਾਂ ਨੂੰ ਕੋਈ ਜੁਰਮਾਨਾ ਨਹੀਂ ਪੈਣਾ ਚਾਹੀਦਾ। ਇਹਨਾਂ ਆਪਣਾ ਮਾੜਾ ਮੋੜ ਤੁੱਕਾ ਚਲਾਇਆ ਰੋਟੀ ਪਾਣੀ, ਇਹਨਾਂ ਦਾ ਰੁਜ਼ਗਾਰ ਖੋਣ ਦੀ ਦੇਣ ਦੀ ਬਜਾਏ ਸਰਕਾਰ ਜਿਹੜੀ ਹੈ ਰੁਜ਼ਗਾਰ ਖੋਣਾ ਚਾਹੁੰਦੀ ਆ। ਸਾਡੀ ਇਹ ਸਰਕਾਰ ਨੂੰ ਬੇਨਤੀ ਕਹਿ ਲਓ ਭਾਜੀ, ਸਾਡੀਆਂ ਰੇਹੜੀਆਂ ਚੱਲਣੀਆਂ ਚਾਹੀਦੀਆਂ, ਅਤੇ ਸਾਨੂੰ ਪੁਲਿਸ ਜਿਹੜਾ ਤੰਗ ਕਰ ਰਹੀ ਉਹ ਤੰਗ ਨਾ ਕਰੇ। ਸਾਡਾ ਪ੍ਰਸ਼ਾਸਨ ਨੂੰ ਇਹੋ ਹੀ ਆ, ਭਗਵੰਤ ਮਾਨ ਹੋਣਾ ਨੂੰ ਵੀ ਇਹੋ ਆ ਵੀ ਸਾਡੀਆਂ ਰੇਹੜੀਆਂ ਜਿਹੜੀਆਂ ਚੱਲਣੀਆਂ ਚਾਹੀਦੀਆਂ ਵਾ। ਇਹੀ ਕਹਿਣਾ ਚਾਹਾਂਗੇ ਵੀ ਸਾਡਾ ਰੁਜ਼ਗਾਰ ਖੋਇਆ ਜਾਂਦਾ, ਅਸੀਂ ਕੰਮ ਨਹੀਂ ਕਰਨ ਜੋ ਕਰੇ, ਗੋਡੇ ਸਾਡੇ ਦੁਖਦੇ ਨੇ, ਹੋਰ ਕੋਈ ਦਿਹਾੜੀ ਸਾਨੂੰ ਨਹੀਂ ਲੈ ਜਾਂਦਾ।
ਸਾਡਾ ਹੀਲਾ ਬਣਨਾ ਤਾਂ ਅਸੀਂ ਤਾਂ ਕਰਦਣ ਬੰਦ, ਸਾਨੂੰ ਦੇਣ ਕੰਮ ਕਿੱਥੇ, ਆਸੀ ਸਾਨੂੰ ਵੀ ਚੱਲੂ ਕੰਮ ਸਾਡਾ, ਇਹਨਾਂ ਨੇ ਬੰਦ ਕਰਤਾ ਇਹ ਜਮਾਂ ਹੀ ਠੱਪ ਲਾਤਾ ਸਾਨੂੰ ਤਾਂ ਇਹ ਰੁਜ਼ਗਾਰ ਸਾਨੂੰ ਜਿਹੜਾ ਸਾਡੇ ਤਾਂ ਕੋਲ ਉਹ ਵੀ ਖੋਹਿਆ ਜਾਂਦਾ ਇਹਦਾ ਸਾਡਾ ਰੁਜ਼ਗਾਰ ਬਣਾਇਆ ਹੈ ਜੀ। ਦੇਖੋ ਜੀ ਸਾਡੇ ਕੋਲ ਰੁਜ਼ਗਾਰ ਤਾਂ ਹੈ ਨਹੀਂ ਜੀ ਕੋਈ ਹੋਰ, ਠੀਕ ਹੈ ਜੀ, ਇਹਦੇ ਬੱਚੇ ਪਾਲਦੇ ਜੀ ਅਸੀਂ, ਸਾਰੇ ਟੱਬਰ ਦਾ ਖਰਚਾ ਜੀ ਇਹਦੇ ਕਰਦੇ ਹਾਂ ਜੀ ਅਸੀਂ, 100 ਦਾ 50 ਦਾ ਗੇੜਾ ਲਾਉਂਦੇ ਹਾਂ ਜੀ ਅਸੀਂ, ਇਹਦੇ ਕੋਈ ਬੜਾ ਨਜਾਇਜ਼ ਤਾਂ ਕਰਦੇ ਨਹੀਂ ਅਸੀਂ ਕੰਮ ਯਾਰ। ਅਸੀਂ ਬੇਰੁਜ਼ਗਾਰ ਬੰਦੇ ਜੀ, ਇਹ ਲੋਨ ਲੈ ਕੇ ਬੁੜੀਆਂ ਦੇ ਉੱਤੇ ਇਹ ਰੇਹੜੀਆਂ ਬਣਵਾਈਆਂ ਜੀ, ਆਪਦੇ ਬੱਚਿਆਂ ਦਾ ਬਾਲ ਬੱਚਿਆਂ ਦਾ ਢਿੱਡ ਭਰਦੇ ਜੀ ਇਹੀ ਰੇਹੜੀ 'ਤੇ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਜੀ ਸਾਨੂੰ ਕੋਈ ਟੈਕਸ ਲਾਏ ਵੀ ਟੈਕਸ ਭਰ ਸਕਦੇ ਜੀ, ਭਰਨ ਨੂੰ ਤਿਆਰ ਨਹੀਂ, ਸਾਡਾ ਰੁਜ਼ਗਾਰ ਨਾ ਹੋਇਆ ਜਾਵੇ, ਬਸ ਚੱਕਰ ਇਹੀ ਹੈ ਜੀ, ਬੇਨਤੀ ਜੀ ਸਾਡੀ। ਅਸੀਂ ਤਾਂ ਕੋਈ ਸੁਣਿਆ ਨਹੀਂ ਨਾ ਕੋਈ ਜ਼ਿਆਦਾ ਵਜਨ ਬੋਲੇ ਜੀ, ਸਾਨੂੰ ਤਾਂ ਜੀ ਆਸ ਤਾਂ ਕੀ ਸੀਗੀ, ਸਾਨੂੰ ਤਾਂ ਆਸ ਸੀ ਕੋਈ ਵਧੀਆ ਦੇਣਗੇ ਜੀ ਰਹਿ, ਆਹ ਸਾਡਾ ਰੁਜ਼ਗਾਰ ਹੀ ਖੋਲ੍ਹੇ ਜੀ ਇਹਨਾਂ ਦਾ। ਇਹਦਾ ਕੀ ਰੁਜ਼ਗਾਰ ਸਾਡਾ, ਕਹਦੇ ਉਹ ਮਾਰਦੇ ਆ ਗਰੀਬਾਂ ਨੂੰ, ਕਿੱਥੋਂ ਖਾਵਾਂਗੇ ਅਸੀਂ, ਰੁਜ਼ਗਾਰ ਹੀ ਸਾਡਾ ਖੂਹੀ ਜਾਂਦਾ, ਅਸੀਂ ਕਿੱਧਰ ਨੂੰ ਜਾਵਾਂਗੇ ਯਾਰ। ਜਿਹਨਾਂ ਵੋਟਾਂ ਪਾਈਆਂ ਅਸੀਂ ਤਾਂ ਉਹਨਾਂ ਤੋਂ ਵੀ ਕਿਹਾ ਸੀਗਾ ਜੀ, ਜਿਹਨਾਂ ਨੂੰ ਵੋਟਾਂ ਪਾਈਆਂ ਫਿਰ ਕੀ ਸਾਡਾ ਰੁਜ਼ਗਾਰ ਹੀ ਖੂਹੀ ਜਾਂਦੇ ਆ ਉਹ, ਕਿ ਸਾਡਾ ਚੱਲਣਾ ਚਾਹੀਦਾ, ਅਸੀਂ ਮੁੜ ਕੇ ਕਿੱਧਰ ਨੂੰ ਜਾਵਾਂਗੇ, ਕੋਈ ਕੰਮ ਦੇਣ ਸਾਨੂੰ ਜੀ। ਨਵੀਂ ਸਰਕਾਰ ਨੂੰ ਤਾਂ ਪਹਿਲਾਂ ਜਾਂਦੀ ਸਰਕਾਰ ਇਹ ਕਹਿੰਦੀ ਸੀਗੀ ਵੀ ਸੁਣੋ ਹਰੇਕ ਨੂੰ ਸਹੂਲਤਾਂ ਮਿਲਣਗੀਆਂ, ਵੀ ਆਹ ਆ ਜਿਹੜਾ ਹੁਣ ਸਹੂਲਤਾਂ ਸਾਨੂੰ ਹੁਣ ਦੇ ਰਹੇ ਨੇ ਇਹ ਤਾਂ ਕਿਸੇ ਸਰਕਾਰ ਨੇ ਦਿੱਤੀ ਨਹੀਂ ਪਹਿਲਾਂ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਹੱਲ ਕਿਵੇਂ ਬਣੂਗਾ, ਸਾਨੂੰ ਜਵਾਕਾਂ ਨੇ ਵੀ ਘਰੋਂ ਕੱਢਤਾ, ਤੁਸੀਂ ਬਾਜ਼ਾਰ 'ਚੋਂ ਕੱਢ ਰਹੇ ਹੋ, ਵੀ ਸਾਡਾ ਹੱਲ ਕਿੱਥੇ ਆ, ਸਾਨੂੰ ਕਿੱਥੇ ਮਰਜ਼ੀ ਛੱਡ ਕੇ ਆਓ। ਐਕਸੀਡੈਂਟ ਤਾਂ ਦੇਖੋ ਜੀ ਠੀਕ ਆ ਹੁੰਦੇ ਹੋਣਗੇ, ਪਰ ਜਾਂਦੀ ਆਪਣੇ ਕੋਲੋਂ ਕੋਈ ਐਕਸੀਡੈਂਟ ਨਹੀਂ ਹੋਇਆ ਅੱਜ ਤੱਕ, ਵੀ ਨਾ ਆਪਾਂ ਦੇ ਬਾਹਲਾ ਵਜਨ ਪਾਇਆ ਕਿਤੇ, ਆਪਾਂ ਹਿਸਾਬ ਦਾ ਵਜਨ ਪਾਉਂਦਾ। ਚੱਲ ਚੱਲਦੀ ਚੱਲਦ ਗੱਡੀਆਂ ਦੇ ਵੀ ਹੋਰ ਟਰੱਕਾਂ ਦੇ ਵੀ ਐਕਸੀਡੈਂਟ ਹੋ ਜਾਂਦੇ ਨੇ। ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੇ ਨਾਲ, ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।